ਪੱਤੇ ਇਕੱਠੇ ਕਰਨ ਇਹ ਆਪਾਂ ਔਰਗੈਨਿਕ ਜਿਹੜੀ ਆ ਪੱਤਿਆਂ ਦੀ ਖਾਦ ਆ ਉਹ ਬਣਾਵਾਂਗੇ। ਅਤੇ ਮੈਂ ਤਾਂ ਬਣਾਉਂਦੀ ਸੀ, ਮੈਂ ਤਾਂ ਚਲੋ ਤੁਹਾਡੀ ਨਾਲ ਹੀ ਜਿਹੜੀ ਵੀਡੀਓ ਸ਼ੇਅਰ ਕਰ ਦਿੰਦੇ ਹਾਂ। ਇਹ ਸਾਡੇ ਲਾਗੇ ਕਿਸੇ ਨੇ ਨਾ ਸ਼ੋਕਾ ਟ੍ਰੀ ਜਿਹੜੀ ਉਹਨਾਂ ਦੀ ਕਟਿੰਗ ਕੀਤੀ ਸੀ, ਅਤੇ ਅੱਗੇ ਝੜ ਦਾ ਮੌਸਮ ਹੋਣ ਕਰਕੇ ਹੁਣ ਦੇ ਪੱਤੇ ਆ ਦੇਖੋ ਕਿੰਨੇ ਜ਼ਿਆਦਾ ਇਹ ਡਿੱਗ ਗਏ ਆ। ਅਤੇ ਆਪਾਂ ਸਾਰੇ ਜਿਹੜੇ ਪੱਤੇ ਆ ਉਹਨੂੰ ਆਪਾਂ ਇਕੱਠੇ ਕਰਕੇ ਇੱਕ ਡਰੰਮ ਦੇ ਵਿੱਚ ਪਾ ਕੇ ਅਤੇ ਇਹਨੂੰ ਜਿਹੜਾ ਵਾ ਉਹ ਆਪਾਂ ਹਿਸਾਬ ਨਾਲ ਜਾਗ ਲਗਾ ਦੇਣਾ ਵਾ। ਅਤੇ 6-7 ਮਹੀਨੇ ਬਾਅਦ ਜਿਹੜੀ ਆਪਣੇ ਪੱਤਿਆਂ ਦੀ ਖਾਦ ਆ ਉਹ ਬਹੁਤ ਵਧੀਆ ਜਿਹੜੀ ਉਹ ਤਿਆਰ ਹੋ ਜਾਣੀ ਹੈ। ਅਤੇ ਜਿਹੜੀ ਪੱਤਿਆਂ ਦੀ ਖਾਦ ਆ ਉਹ ਗੋਬਰ ਦੀ ਖਾਦ ਨਾਲੋਂ ਵੀ ਜਿਹੜੀ ਆ ਬਹੁਤ ਜ਼ਿਆਦਾ ਕਿਤੇ ਜ਼ਿਆਦਾ ਵਧੀਆ ਵਾ। ਇਹ ਆਪਾਂ ਸਾਰੇ ਮੈਂ ਇਸ ਤਰ੍ਹਾਂ ਹੁਣ ਇਕੱਠੇ ਕਰ ਲੂੰਗੀ, ਢੇਰੀਆਂ ਲਗਾ ਕੇ ਇਹਨੂੰ ਚੱਕ ਕੇ ਇਹਨੂੰ ਲੈ ਜਾਣਾ। ਅਤੇ ਡਰੰਮ ਮੈਂ ਲਗਾਇਆ ਹੋਇਆ, ਦੋ ਲਗਾਏ ਹੋਏ ਆ, ਇੱਕ ਦੇ ਵਿੱਚ ਆਪਾਂ ਕੱਢ ਵੀ ਦੀ ਆ ਅਤੇ ਦੂਜੇ ਦੇ ਵਿੱਚ ਜਿਹੜੇ ਪੱਤੇ ਉਹ ਆਪਾਂ ਸਟਾਰਟ ਕਰ ਦਿੰਦੇ ਹਾਂ। ਇਹ ਸਾਰੇ ਮੈਂ ਹੁਣ ਇਸ ਤਰ੍ਹਾਂ ਇਕੱਠੇ ਕਰ ਲੈਣੇ ਤੰਗਲੀ ਦੇ ਨਾਲ, ਫਿਰ ਇਹਨਾਂ ਨੂੰ ਚੱਕ ਕੇ ਅਤੇ ਡਰੰਮ ਦੇ ਵਿੱਚ ਪਾ ਦੇਣਾ। ਪੱਤਿਆਂ ਨੂੰ ਕਦੀ ਵੀ ਜਿਹੜੀ ਅੱਗ ਲਾ ਕੇ ਉਹ ਪੋਲਿਊਸ਼ਨ ਨਹੀਂ ਕਰਨਾ ਚਾਹੀਦਾ, ਕਿਉਂਕਿ ਸਭ ਤੋਂ ਵਧੀਆ ਜਿਹੜੀ ਖਾਦ ਆ ਉਹ ਪੱਤਿਆਂ ਦੀ ਬਣਦੀ ਹੈ। ਸਾਡੇ ਵਾਸਤੇ ਤਾਂ ਇੱਕ ਤਾਂ ਹਿਸਾਬ ਦੇ ਨਾਲ ਸੋਨਾ ਹੀ, ਕਿਉਂਕਿ ਜਿਹੜੇ ਔਰਗੈਨਿਕ ਖੇਤੀ ਕਰਦੇ ਆ ਉਹਨਾਂ ਵਾਸਤੇ ਤਾਂ ਸੋਨਾ ਹੀ ਆ ਇਹ ਪੱਤਿਆਂ ਦੀ ਖਾਦ ਆ। ਅਸੀਂ ਤਾਂ ਕਦੀ ਵੀ ਨਹੀਂ ਜੂਏ, ਅਸੀਂ ਤਾਂ ਇਸ ਤਰ੍ਹਾਂ ਇਹਨਾਂ ਨੂੰ ਸਾਂਭ ਨਹੀਂ ਜਾਇਆ, ਜੇ ਕਿਸੇ ਦੇ ਲੱਗ ਤੋਂ ਵੀ ਮਿਲ ਜਾਣ ਤਾਂ ਉਹ ਵੀ ਇਕੱਠੇ ਕਰ ਲੈਂਦੇ ਆ। ਕੰਮ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਕੋਈ ਸ਼ਰਮ ਨਹੀਂ ਚਾਹੀਦੀ ਕਰਨੀ। ਕਿਉਂਕਿ ਜੇ ਇਹਨਾਂ ਨੂੰ ਪੱਲੂਗਾਂਗੇ ਤਾਂ ਧੂੰਆਂ ਹੀ ਹੋਣਾ ਇਹਨਾਂ ਦਾ, ਉਦੋਂ ਬਿਹਤਰ ਆ ਵੀ ਇਹਨਾਂ ਨੂੰ ਆਪਾਂ ਇਕੱਠੇ ਕਰਕੇ ਸਾਂਭ ਲਈਏ। ਉਸ ਤੋਂ ਬਾਅਦ ਜਿਹੜੀ ਆਪਾਂ ਇਹਨਾਂ ਦੀ ਵਰਤੋਂ ਖਾਦ ਦੇ ਤੌਰ 'ਤੇ ਕਰਾਂਗੇ। ਉੱਦਾਂ ਵੀ ਆਪਾਂ ਜਿਹੜੀ ਐਮਾਜ਼ੋਨ ਤੋਂ ਜੇ ਆਪਾਂ ਇਹ ਔਡਰ ਕਰਦੇ ਹਾਂ ਤਾਂ 40 ਜਾਂ 50 ਰੁਪਏ ਕਿਲੋ ਜਿਹੜੀ ਆ ਉਹ ਪੱਤਿਆਂ ਦੀ ਖਾਦ ਐਮਾਜ਼ੋਨ ਤੋਂ ਮਿਲਦੀ ਆ। ਅਤੇ ਆਪਣੇ ਤਿੰਨ ਢੇਰ ਲੱਗਦੇ ਆ ਟੱਕਲੇ ਦੇ, ਕਈ ਕਿਲੋ ਜਿਹੜੀ ਉਹ ਬਣ ਜਾਂਦੀ ਖਾਦ ਢੇਰ ਆਪਾਂ ਜਿਹੜਾ ਵਾ ਉਹ ਚੱਕ ਕੇ ਲੈ ਜਾਂਦੇ ਹਾਂ। ਪੱਤਿਆਂ ਦੇ ਸਾਰੇ ਲੰਬੀ ਆ ਜਿਹੜੇ ਗਿੱਲੇ ਆ ਨਾ ਇਹ ਹਵਾ ਦੇ ਨਾਲ ਝੜੇ ਆ, ਤਾਂ ਕਰਕੇ ਜਿਹੜਾ ਇਹਨਾਂ ਨੇ ਗਲ ਵੀ ਛੇਤੀ ਪਾਉਣਾ ਵਾ ਅਤੇ ਆਪਾਂ ਨੂੰ ਪਾਣੀ ਵੀ ਜਿਹੜਾ ਉਹ ਘੱਟ ਪਾਉਣਾ ਪੈਣਾ ਇਹਨਾਂ ਦੇ। ਸਾਰੇ ਆਪਾਂ ਚੱਕ ਲਿਆਉਂਦੇ ਆ ਅਤੇ ਆਪਾਂ ਇਸ ਤਰ੍ਹਾਂ ਦੋ ਜਿਹੜੇ ਡਰਾਮਾ ਇਹਨਾਂ ਦੀ ਕਟਿੰਗ ਕੀਤੀ ਹੋਈ ਆ ਇਹਨਾਂ ਦੇ ਵਿੱਚ ਇਸ ਤਰ੍ਹਾਂ ਵਾਰੋ ਵਾਰ ਆਪਾਂ ਕੱਟਦੇ ਆ ਅਤੇ ਪਾ ਲਏ। ਜਿਸ ਤਰ੍ਹਾਂ ਕੋਈ ਡਰੰਮ ਨਹੀਂ ਹੈਗਾ ਤਾਂ ਤੁਸੀਂ ਬੋਰੇ ਵਿੱਚ ਬਣਾ ਸਕਦੇ ਹੋ ਜਾਂ ਛੋਟੀ ਬਾਲਟੀ, ਜੇ ਤੁਹਾਨੂੰ ਥੋੜ੍ਹੀ ਜਿਹੀ ਜ਼ਰੂਰਤ ਹੈ ਤੁਸੀਂ ਛੋਟੀ ਬਾਲਟੀ 'ਚ ਬਣਾ ਸਕਦੇ ਹੋ ਜਾਂ ਤੁਸੀਂ ਜਿਹੜਾ ਉਹ ਥੱਲੇ ਵੀ ਢੇਰੀ ਕਰ ਸਕਦੇ ਹੋ। ਕੋਸ਼ਿਸ਼ ਕਰੋ ਕਿ ਇਹਦੇ ਵਿੱਚ ਕੋਈ ਟਾਹਣੀਆਂ ਵਗੈਰੀਆਂ ਨਾ ਪੈਣ, ਕਿਉਂਕਿ ਜਿਹੜੀਆਂ ਟਾਹਣੀਆਂ ਬਹੁਤ ਸਖਤ ਹੁੰਦੀਆਂ ਆ ਅਤੇ ਇਹ ਫਿਰ ਗਲਦੀਆਂ ਨਹੀਂ ਛੇਤੀ। ਆਪਾਂ ਇਕੱਲੇ ਜਿਹੜੇ ਪੱਤੇ ਆ ਉਹ ਹੀ ਇਹਦੇ ਵਿੱਚ ਭਰਾਂਗੇ।
ਤੇ ਆਪਾਂ ਡਰੰਮ ਦੇ ਵਿੱਚ ਭਰ ਲਿਆ ਤੇ ਹੁਣ ਕੁਛ ਜਿਹੜੀ ਇਹਦੇ ਵਿੱਚ ਆਪਾਂ ਸਮੱਗਰੀ ਪਾ ਕੇ ਇੱਕ ਹਿਸਾਬ ਦਾ ਇਹਨੂੰ ਜਿਹੜਾ ਵਾ ਉਹ ਜਾਗ ਲਾ ਦੇਵਾਂਗੇ ਤਾਂ ਕਿ ਇਹਦੇ ਵਿੱਚ ਜਿਹੜੀ ਜਵਾਣੂ ਆ ਉਹ ਪੈਦਾ ਹੋ ਜਾਣ। ਤੇ ਜੇ ਤੁਹਾਡੇ ਕੋਲ ਲੱਸੀ ਹੋਵੇ ਤਾਂ ਬਹੁਤ ਵਧੀਆ ਆ, ਤੁਸੀਂ ਲੱਸੀ ਦੇ ਨਾਲ ਵੀ ਇਹਦੇ ਉੱਤੇ ਥੋੜ੍ਹਾ ਛਿੜਕ ਸਕਦੇ ਹੋ ਲੱਸੀ ਨੂੰ। ਅਤੇ ਮੇਰੇ ਕੋਲ ਤਾਂ ਹੁਣ ਇਸ ਵਕਤ ਲੱਸੀ ਨਹੀਂ ਹੈਗੀ, ਇਸ ਵਾਸਤੇ ਮੈਂ ਜਿਹੜੀ ਆ ਇੱਕ ਗੁੜ ਲੈ ਰਹੀ ਹਾਂ, ਇੱਕ ਬੇਸਣ ਲੈ ਰਹੀ ਹਾਂ ਅਤੇ ਇੱਕ ਮੈਂ ਜਿਹੜੀ ਲਈ ਹੈ ਸਰੋਂ ਦੀ ਖਲ, ਉਹ ਆਪਾਂ ਇਹਦੇ ਵਿੱਚ ਜਿਹੜੀ ਹੈ ਮਿਕਸ ਕਰ ਦੇਵਾਂਗੇ। ਪਾਣੀ ਲਿਆਂਦਾ ਵਾ ਇਹਦੇ ਵਾਸਤੇ 1 ਕਿਲੋ ਮੈਂ ਲੈ ਲਿਆ ਬੇਸਣ। ਜੇ ਤੁਹਾਡੇ ਕੋਲ ਬੇਸਣ ਨਹੀਂ ਹੈਗਾ ਤਾਂ ਤੁਸੀਂ ਕੋਈ ਵੀ ਦਾਲ ਦਾ ਜਿਹੜਾ ਪਾਊਡਰ ਆ ਉਹ ਲੈ ਸਕਦੇ ਹੋ। ਮੈਂ ਬੇਸਣ ਲੈ ਰਹੀ ਹਾਂ ਅਤੇ ਜਿਹੜਾ ਗੁੜ ਵਾ ਉਹ ਬਹੁਤ ਜ਼ਰੂਰੀ ਆ ਜਵਾਣੂਆਂ ਵਾਸਤੇ, ਕਿਉਂਕਿ ਇਹ ਪੁਰਾਣਾ ਗੁੜ ਲਿਆ ਆ। ਜੇ ਤੁਹਾਡੇ ਕੋਲ ਜ਼ਿਆਦਾ ਜਿੱਦਾਂ ਇੱਕ ਲਿਕੁਇਡ ਜਿਹੇ ਵਾਲਾ ਗੁੜ ਸਸਤਾ ਹੀ ਮਿਲ ਜਾਂਦਾ 20-25 ਰੁਪਏ ਕੇ ਜੀ, ਤੁਸੀਂ ਉਹ ਵੀ ਲੈ ਸਕਦੇ ਹੋ। ਅਤੇ ਇਹ ਵੀ ਮੈਂ ਪੁਰਾਣਾ ਹੀ ਲਿਆਂਦਾ ਵਾ, ਇਹ ਮੈਨੂੰ 30 ਰੁਪਏ ਕਿਲੋ ਮਿਲ ਗਿਆ ਅਤੇ ਜਿੰਨਾ ਪੁਰਾਣਾ ਹੋਊਗਾ ਉਨਾ ਹੀ ਵਧੀਆ ਰਹਿੰਦਾ ਗੁੜ। ਇਹ ਆਪਾਂ ਲੈ ਲਈ ਆ 1.5 ਕਿਲੋ ਜਿਹੜੀ ਸਰੋਂ ਦੀ ਖਲ। ਤੁਸੀਂ ਇਸ ਤਰ੍ਹਾਂ ਨਾ ਇੱਕ ਵਾਰੀ ਇਹ ਬਣਾ ਕੇ ਦੇਖੋ ਜਿਹੜੀ ਇਹ ਖਾਦ ਆ। ਇਹ ਇਕੱਲੀ ਖਾਦ ਦੇ ਵਿੱਚ ਵੀ ਆਪਾਂ ਜਿਹੜੇ ਫਰੂਟ ਪਲਾਂਟ ਆ ਉਹ ਲਗਾ ਸਕਦੇ ਹਾਂ, ਜਿੱਦਾਂ ਆਪਾਂ ਛੱਤ 'ਤੇ ਕਈ ਭੈਣ ਭਰਾ ਲਗਾਉਂਦੇ ਆ ਅਤੇ ਛੱਤ 'ਤੇ ਮਿੱਟੀ ਜਿਹੜੀ ਉਹ ਬਹੁਤ ਜ਼ਿਆਦਾ ਭਾਰੀ ਹੋ ਜਾਂਦੀ ਆ। ਅਤੇ ਇਹ ਕੋਕੋਪੀਟ ਦੀ ਜਗ੍ਹਾ ਵੀ ਆਪਾਂ ਇਹਨੂੰ ਵਰਤ ਸਕਦੇ ਹਾਂ। ਇਹਦੇ ਵਿੱਚ ਹੀ ਜਿਹੜਾ ਆਪਾਂ ਆ ਮਿਕਸ ਕੀਤਾ ਇਹਦੇ ਵਿੱਚ ਹੀ ਆਪਾਂ ਗੁੜ ਪਾ ਦਾਂਗੇ। ਇਹਨੂੰ ਤੁਸੀਂ ਕੋਕੋਪੀਟ ਦੀ ਜਗ੍ਹਾ ਵੀ ਵਰਤ ਸਕਦੇ ਹੋ। ਇਹ ਇਕੱਲੀ ਦੇ ਵਿੱਚ ਹੀ ਤੁਸੀਂ ਵੈਜੀਟੇਬਲ ਕੋਈ ਲਗਾ ਕੇ ਦੇਖੋ ਅਤੇ ਫਿਰ ਦੇਖਿਓ ਉਹਦੀ ਜਿਹੜੀ ਗਰੋਥ ਆ ਉਹ ਕਿੰਨੀ ਜ਼ਿਆਦਾ ਹੁੰਦੀ ਆ। ਅਤੇ ਇਹ ਸਾਰਾ ਆਪਾਂ ਇਸ ਤਰ੍ਹਾਂ ਮਿਕਸ ਕਰਕੇ ਅਤੇ ਇਹਦੇ ਉੱਤੇ ਜਿਹੜਾ ਵਾ ਉਹ ਛਿੜਕ ਦੇਵਾਂਗੇ। ਬਾਅਦ ਵਿੱਚ ਇਹਨੂੰ ਆਪਾਂ ਜਿਹੜਾ ਉਹ ਢੱਕ ਦੇਣਾ ਵਾ ਅਤੇ ਲਗਭਗ 15-20 ਦਿਨ ਬਾਅਦ ਇਹਨੂੰ ਆਪਾਂ ਇੱਕ ਵਾਰੀ ਫਿਰ ਚੈੱਕ ਕਰਾਂਗੇ ਅਤੇ ਇਹਦੇ ਉੱਤੇ ਜਿਹੜਾ ਪਾਣੀ ਆ ਉਹ ਇਸੇ ਤਰ੍ਹਾਂ ਆਪਾਂ ਥੋੜ੍ਹਾ ਥੋੜ੍ਹਾ ਛਿੜਕਦੇ ਰਵਾਂਗੇ ਤਾਂ ਕਿ ਜਿਹੜੀ ਨਮੀ ਆ ਉਹ ਬਣੀ ਰਹੇ, ਆਪਣੀ ਜਿਹੜੀ ਖਾਦ ਆ ਉਹ ਬਣਨੀ ਸਟਾਰਟ ਹੋ ਸਕੇ। ਇਹਨੂੰ ਮੈਂ ਹੁਣ ਉੱਤੋਂ ਜਿਹੜਾ ਵਾ ਉਹ ਤਰਪਾਲ ਦੇ ਨਾਲ ਇਸੇ ਤਰ੍ਹਾਂ ਢੱਕ ਦੂੰਗੀ ਅਤੇ 15-20 ਦਿਨ ਦੇ ਬਾਅਦ ਫਿਰ ਮੈਂ ਇਹਨੂੰ ਜਿਹੜਾ ਇੱਕ ਵਾਰੀ ਚੈੱਕ ਕਰੂੰਗੀ ਕਿ ਆਪਣੀ ਖਾਦ ਬਣਨੀ ਸਟਾਰਟ ਹੋਈ ਆ ਜਾਂ ਨਹੀਂ, ਕਿਉਂਕਿ ਇਹਦੇ ਵਿੱਚ ਨਮੀ ਜਿਹੜੀ ਰੱਖਣੀ ਆ ਉਹ ਬਹੁਤ ਜ਼ਰੂਰੀ ਆ। ਜੇ ਨਮੀ ਨਹੀਂ ਹੋਊਗੀ ਤਾਂ ਫਿਰ ਜਿਹੜੀ ਖਾਦ ਬਣਨੀ ਉਹ ਸਟਾਰਟ ਨਹੀਂ ਹੋਣੀ। ਅਤੇ ਹੁਣ ਮੈਂ ਇਹਨੂੰ ਇਸੇ ਤਰ੍ਹਾਂ ਢੱਕ ਦੂੰਗੀ, ਮੈਂ ਥੋੜ੍ਹਾ ਜਿਹਾ ਇਸ ਤਰ੍ਹਾਂ ਭਾਰ ਦੇ ਦੂੰਗੀ ਤਾਂ ਕਿ ਜਿਹੜੀ ਆਪਣੀ ਤਰਪਾਲ ਆ ਉਹ ਹਵਾ ਦੇ ਨਾਲ ਉੱਡੇ ਨਾ। ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਖਾਦ ਜ਼ਰੂਰ ਬਣਾਓ, ਕਿਉਂਕਿ ਇਹ ਤਾਂ ਇੱਕ ਬਿਲਕੁਲ ਹੀ ਫ੍ਰੀ ਦੀ ਜਿਹੜੀ ਉਹ ਖਾਦ ਆ। ਅਤੇ ਐਮਾਜ਼ੋਨ ਤੋਂ ਆਪਾਂ ਇੰਨੀ ਮਹਿੰਗੀ ਇਹੀ ਮੰਗਵਾਉਂਦੇ ਹਾਂ, 30-40 ਰੁਪਏ ਕੇ ਜੀ ਦਿੰਦੇ ਆ ਐਮਾਜ਼ੋਨ ਤੋਂ। ਮੈਂ 1-2 ਵਾਰੀ ਪਹਿਲਾਂ ਮੰਗਵਾਈ ਵੀ ਆ, ਉਸ ਤੋਂ ਬਾਅਦ ਆਪਾਂ ਆਪ ਹੀ ਬਣਾਉਣੀ ਸਟਾਰਟ ਕਰਤੀ ਸੀ। ਇਹਦੇ ਵਿੱਚ ਤੁਸੀਂ ਇਸੇ ਤਰ੍ਹਾਂ ਹੀ ਪਲਾਂਟ ਲਗਾ ਸਕਦੇ ਹੋ ਜਦੋਂ ਇਹ 7-8 ਮਹੀਨੇ ਬਾਅਦ ਤਿਆਰ ਹੋ ਗਈ। ਬੇਸ਼ੱਕ ਤੁਸੀਂ ਮਿੱਟੀ ਨਹੀਂ ਵੀ ਪਾਣੀ ਅਤੇ ਬਹੁਤ ਹਲਕੀ ਹੁੰਦੀ ਆ, ਤੁਸੀਂ ਛੱਤ ਦੇ ਉੱਤੇ ਇਹਦੇ ਵਿੱਚ ਜਿਹੜੇ ਪਲਾਂਟਸ ਲਗਾ ਸਕਦੇ ਹੋ, ਕੋਈ ਵੀ ਵੈਜੀਟੇਬਲ ਲਗਾਉਣੀ ਆ ਜਾਂ ਤੁਸੀਂ ਕੋਈ ਫਰੂਟ ਪਲਾਂਟ ਲਗਾਉਣਾ ਤਾਂ ਇਹਦੇ ਵਿੱਚ ਆਸਾਨੀ ਨਾਲ ਤੁਸੀਂ ਲਗਾ ਸਕਦੇ ਹੋ। ਜੇ ਤੁਹਾਨੂੰ ਸਾਡਾ ਇਹ ਖਾਦ ਬਣਾਉਣ ਦਾ ਤਰੀਕਾ ਵਧੀਆ ਲੱਗਾ, ਸਾਡੀ ਮਿਹਨਤ ਜਿਹੜੀ ਆ ਉਹ ਜਿਹੜੀ ਅਸੀਂ ਮਿਹਨਤ ਕੀਤੀ ਆ ਉਹ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ ਸਬਸਕ੍ਰਾਈਬ ਕਰੋ, ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਸ਼ੇਅਰ ਕਰੋ। ਅਸੀਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਆ ਆਉਣ ਵਾਲੇ ਸਮੇਂ ਵਿੱਚ ਲੈ ਕੇ ਆਉਂਦੇ ਰਹਾਂਗੇ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ।
ਧੰਨਵਾਦ ਜੀ, ਸਤਿ ਸ਼੍ਰੀ ਅਕਾਲ।